ਅੱਜ ਦਾ ਕੈਂਪ ਐਕਚੁਅਲੀ ਜਿਹੜਾ ਅਸੀਂ 3 ਦਸੰਬਰ ਨੂੰ ਡਿਸੇਬਿਲਿਟੀ ਡੇ ਮਨਾਉਂਦੇ ਹਾਂ, ਵਰਲਡ ਡਿਸੇਬਿਲਿਟੀ ਡੇ, ਉਹਨੂੰ ਐਕਸਟੈਂਡ ਕਰਦੇ ਹੋਏ ਮੇਨਲੀ ਅਸੀਂ ਡਿਸੇਬਲਡ ਲੋਕਾਂ 'ਤੇ ਫੋਕਸ ਕਰਕੇ ਕਿ ਜਿਹੜੇ ਸਾਡੇ ਦਿਵਿਆਂਗ ਜਨ ਭੈਣ ਭਰਾ ਨੇ ਉਹਨਾਂ ਨੂੰ ਸਹੂਲਤ ਦੇਣ ਦੇ ਲਈ ਕਈ ਵਾਰ ਉਹ ਬਹੁਤ ਸਾਰੇ ਲੋਕ ਸਾਡੇ ਇਹੋ ਜਿਹੇ ਨੇ ਜਿਹੜੇ ਹਸਪਤਾਲਾਂ ਤੱਕ ਜਾ ਨਹੀਂ ਸਕਦੇ ਔਰ ਸਰਟੀਫਿਕੇਟਸ ਨਹੀਂ ਬਣਦੇ ਡਿਸੇਬਿਲਿਟੀ ਦੇ, ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ। ਸੋ ਇਹ ਸਾਰਾ ਕਲੱਬ ਕਰਕੇ ਪਹਿਲਾਂ ਡਾਕਟਰਸ ਦੇ ਨਾਲ ਸਾਰਿਆਂ ਨਾਲ ਅਸੀਂ ਕੀਤਾ ਕੰਟੈਕਟ ਔਰ ਹਰ ਤਰ੍ਹਾਂ ਦੇ ਡਾਕਟਰ, ਹਰ ਸਪੈਸ਼ਲਿਟੀ ਦੇ ਡਾਕਟਰ ਇੱਥੇ ਬੈਠੇ ਹੋਏ ਨੇ। ਪਹਿਲਾਂ ਉਹ ਡਿਸੇਬਿਲਿਟੀ ਸਰਟੀਫਿਕੇਟ ਬਣਾ ਰਹੇ ਨੇ ਔਰ ਉਸ ਦੇ ਨਾਲ ਹੀ ਉਹਨਾਂ ਦੀ ਪੈਨਸ਼ਨ ਜਿਹੜੀ ਸਾਡੇ ਵਿਭਾਗ ਵੱਲੋਂ ਲਗਾਈ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਅਸੀਂ ਪ੍ਰੋਵੀਜ਼ਨ ਹੁੰਦੀ ਹੈ ਡਿਸੇਬਲ ਲੋਕਾਂ ਨੂੰ ਲੋਨ ਦੀ ਤਾਂ ਕਿ ਉਹ ਸਵੈ ਸਮਰੱਥ ਹੋ ਜਾਣ। ਸੋ ਉਹ ਪ੍ਰੋਵੀਜ਼ਨ ਵੀ ਅਸੀਂ ਨਾਲ ਰੱਖੀ ਹੋਈ ਹੈ। ਬਹੁਤ ਸਾਰੀਆਂ ਮੰਗਾਂ ਸਾਡੇ ਭੈਣ ਭਰਾਵਾਂ ਵੱਲੋਂ ਜਿਨ੍ਹਾਂ ਨੇ ਡਿਸੇਬਿਲਿਟੀ ਦਾ ਦੁੱਖ ਹੰਡਾਇਆ, ਵਾਰ ਵਾਰ ਆਉਂਦੀਆਂ ਰਹਿੰਦੀਆਂ ਨੇ ਔਰ ਪਿਛਲੇ ਸਾਲ ਵੀ ਜਿਵੇਂ ਅਸੀਂ ਕਨਵੈਂਸ ਅਲਾਊਂਸ 1000 ਰੁਪਇਆ ਦਿੱਤਾ ਸੀ, ਇਸ ਸਾਲ ਵੀ ਬਹੁਤ ਕੁਛ ਇੱਕ ਅਸੀਂ ਜਿਹੜਾ ਐਜ਼ ਏ ਵੇਵ ਸ਼ੁਰੂ ਕਰ ਰਹੇ ਹਾਂ ਕਿ ਬੈਕਲੋਗ ਜਿਹੜਾ ਸਾਡੇ ਕੋਲ ਪਿਆ ਸੀਗਾ ਨੌਕਰੀਆਂ ਦਾ ਇਹਨਾਂ ਲੋਕਾਂ ਲਈ, ਤਕਰੀਬਨ 1500 ਦੇ ਕਰੀਬ ਅਸਾਮੀਆਂ ਖਾਲੀ ਸੀ, ਉਹ ਅਸੀਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਕੈਂਪ ਲਗਾ ਕੇ ਉਹ ਬੈਕਲੋਗ ਜਿਹੜਾ ਅਸੀਂ ਭਰਾਂਗੇ, ਜਿਵੇਂ ਸੀ ਅਤੇ ਡੀ ਕੈਟਾਗਰੀ ਇਸ ਤਰ੍ਹਾਂ ਭਰ ਲਵਾਂਗੇ, ਬਾਕੀ ਜਿਹੜਾ SS ਬੋਰਡ ਅਸੀਂ ਭਰ ਕੇ ਉਹਨਾਂ ਨੂੰ ਕੰਟੈਕਟ ਕਰਕੇ ਇਹ ਸਾਰੀਆਂ ਜਿਹੜੀਆਂ ਬੈਕਲੋਗ ਦੀਆਂ ਅਸਾਮੀਆਂ ਭਰਨ ਜਾ ਰਹੇ ਹਾਂ। ਅਸੀਂ ਹਰ ਵਾਰ ਇਹ ਜਿਹੜਾ ਬਣਾਉਂਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ। ਸੋ ਪੈਨਸ਼ਨ ਵਾਲਾ ਵਾਧਾ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਹੈ ਔਰ ਫਾਈਨਾਂਸ ਡਿਪਾਰਟਮੈਂਟ ਕੋਲ ਅਸੀਂ ਫਾਈਲ ਭੇਜੀ ਹੋਈ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਜਿੰਨੀ ਦੇਰ ਤੱਕ ਪੈਨਸ਼ਨ ਦਾ ਵਾਧਾ ਹੁੰਦਾ ਉਸ ਤੋਂ ਪਹਿਲਾਂ ਵੀ ਜੋ ਸਹੂਲਤਾਂ ਨਹੀਂ ਵੀ ਮੰਗਦੇ ਉਹਨਾਂ ਨੂੰ ਵੀ ਅਸੀਂ ਕੰਸਿਡਰ ਕਰ ਰਹੇ ਹਾਂ ਤਾਂ ਕਿ ਇਹ ਜ਼ਿੰਦਗੀ ਦੇ ਵਿੱਚ ਹੋਰ ਸਮਰੱਥ ਹੋ ਕੇ ਅੱਗੇ ਆਉਣ। ਮੈਨੂੰ ਲੱਗਦਾ ਹੈ ਕਿ ਪੋਲੀਟਿਕਸ ਦੇ ਵਿੱਚ ਇਹੋ ਜਿਹਾ ਕੁਛ ਚੱਲਦਾ ਹੀ ਰਹਿੰਦਾ ਔਰ ਜਦੋਂ ਮੈਨੂੰ ਲੱਗਦਾ ਇਲੈਕਸ਼ਨਸ ਨੇੜੇ ਆਉਂਦੀਆਂ ਨੇ ਤੇ ਵਿਰੋਧੀ ਧਿਰਾਂ ਦੇ ਕੁਛ ਨਾ ਕੁਛ ਇਹੋ ਜਿਹੇ ਸਟੰਟ ਹੁੰਦੇ ਨੇ ਕਿ ਜਿਹੜੇ ਬੰਦੇ ਲੋਕਾਂ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਈਡ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਚੱਲਦਾ ਰਹੇਗਾ, ਆਮ ਆਦਮੀ ਪਾਰਟੀ ਇਸ ਨੂੰ ਹਮੇਸ਼ਾ ਸਵਿੱਤਰਤਾ ਦੇ ਨਾਲ ਫੇਸ ਕਰਦੀ ਰਹੀ ਹੈ ਤੇ ਕਰੇਗੀ। ਮੈਨੂੰ ਲੱਗਦਾ ਕਿ ਲੋਕਾਂ ਨੂੰ ਹੁਣ ਤੱਕ ਤਾਂ ਇਹ ਸਾਫ ਹੀ ਪਤਾ ਲੱਗ ਗਿਆ ਕਿ ਪੰਜਾਬ ਨੂੰ ਕਿਹਨਾਂ ਤੋਂ ਬਚਾਉਣਾ ਚਾਹੀਦਾ, ਅਕਾਲੀਆਂ ਤੋਂ ਬਚਾਉਣਾ ਚਾਹੀਦਾ ਜਾਂ ਕਿਸੇ ਹੋਰ ਤੋਂ ਬਚਾਉਣਾ ਚਾਹੀਦਾ। ਸੋ ਲੋਕ ਸਮਝਦਾ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਉੱਥੋਂ ਤੱਕ ਮੈਂ ਇਹ ਕਹਾਂਗੀ ਕਿ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਬਣਿਆ ਹੋਇਆ ਹੈ ਔਰ ਜਿਹੜੇ ਵੀ ਕੈਂਡੀਡੇਟ ਜਿੱਥੋਂ ਵੀ ਖੜੇ ਹੋਣਗੇ ਲੋਕ ਉਹਨਾਂ ਦੇ ਨਾਲ ਰਹਿਣਗੇ, ਆਮ ਆਦਮੀ ਪਾਰਟੀ ਦੇ ਨਾਲ ਹੀ ਰਹਿਣਗੇ। ਧੰਨਵਾਦ।